ਸਤਿ ਸ਼੍ਰੀ ਅਕਾਲ, ਮੈਂ ਰਾਘਵ ਜੈਨ ਅਤੇ ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ। ਤੁਹਾਨੂੰ ਦੱਸ ਦੇ ਕਿ ਜਲੰਧਰ ਦੇ ਸਤਲੁਜ ਪੁਲ ਦੇ ਕੋਲ ਇੱਕ ਜਲੰਧਰ ਦਿਹਾਤੀ ਵੱਲੋਂ ਇੱਕ ਹਾਈਟੈਕ ਨਾਕਾ ਲਗਾਇਆ ਜਾਂਦਾ ਜੋ ਕਿ ਪੂਰੇ ਸਾਲ ਲੱਗਦਾ ਹੈਗਾ, ਕਿਉਂਕਿ ਜਿਹੜੀ ਵੀ ਗੱਡੀਆਂ ਜਿਹੜੀ ਮੋਗੇ ਤੋਂ ਜਿਹੜੀ ਜਲੰਧਰ ਨੂੰ ਆਉਂਦੀਆਂ ਵੈ ਉਹ ਗੱਡੀਆਂ ਨੂੰ ਚੈੱਕ ਕਰਕੇ ਜਿਹੜਾ ਕਿ ਅੱਗੇ ਭੇਜਿਆ ਜਾਂਦਾ। ਪਰ ਤੁਹਾਨੂੰ ਦੱਸਦੇ ਕਿ 2 ਦਿਨ ਪਹਿਲਾਂ ਇਸੇ ਤਰ੍ਹਾਂ ASI ਸੁਰਜੀਤ ਇੱਕ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕਰਦਾ, ਲੇਕਿਨ ਤੇਜ਼ ਰਫ਼ਤਾਰ ਜਿਹੜੀ ਜ਼ੈਨ ਗੱਡੀ ਹੈ ਉਹ ਸੁਰਜੀਤ ਨੂੰ ਜਿਹੜਾ ਕਿ ਉਡਾ ਕੇ ਹੀ ਜਿਹੜਾ ਕਿ ਨਾਲ ਲੈ ਜਾਂਦੀ ਹੈ। ਜਿਸ ਤੋਂ ਬਾਅਦ ਅਸੀਂ ਤਸਵੀਰਾਂ 'ਚ ਦੇਖਿਆ ਕਿ ਕਿਸ ਤਰ੍ਹਾਂ ਜਿਹੜੀ ਗੱਡੀ ਹੈ ਕਾਫ਼ੀ ਬੁਰੀ ਤਰ੍ਹਾਂ ਜਿਹੜੀ ਕਿ ASI ਸੁਰਜੀਤ ਨੂੰ ਜਿਹੜਾ ਕਿ ਘਾਇਲ ਕਰ ਦਿੰਦੀ ਹੈ। ਜਿਸ ਤੋਂ ਬਾਅਦ ASI ਸੁਰਜੀਤ ਨੂੰ ਸਭ ਤੋਂ ਪਹਿਲਾਂ ਸ਼ਾਹਕੋਟ ਦੇ ਹਸਪਤਾਲ ਵਿੱਚ ਲੈ ਕੇ ਜਾਂਦੇ ਆ ਅਤੇ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਜਲੰਧਰ ਰੈਫਰ ਕੀਤਾ ਜਾਂਦਾ। ਜਦੋਂ ਜਲੰਧਰ ਵੀ ਹਾਲਤ ਨਹੀਂ ਸਹੀ ਹੁੰਦੀ ਅਤੇ ਉਸ ਤੋਂ ਬਾਅਦ ਜਿਹੜਾ ਕਿ ਉਹਨਾਂ ਨੂੰ DMC ਜੋ ਕਿ ਲੁਧਿਆਣੇ ਵਿੱਚ ਹੈ ਉੱਥੇ ਰੱਖਿਆ ਜਾਂਦਾ ਵੈ, ਅਤੇ ਹੁਣ ਅਪਡੇਟ ਮਿਲੀ ਹੈ ਕਿ ਹਜੇ ਉਹਨਾਂ ਜਿਹੜੀ ਹਾਲਤ ਹੈ ਉਹ ਥੋੜ੍ਹੀ ਜਿਹੜੀ ਕਿ ਸਥਿਰ ਹੋ ਚੁੱਕੀ ਹੋਈ ਹੈ। ਇਸ ਤੋਂ ਇਲਾਵਾ ਜਿਹੜੀ ਜ਼ੈਨ ਗੱਡੀ ਸੀਗੀ ਉਹਦੇ ਵਿੱਚੋਂ ਹਜੇ ਤੱਕ ਕੋਈ ਵੀ ਇੱਦਾਂ ਦੀ ਚੀਜ਼ ਨਹੀਂ ਬਰਾਮਦ ਹੋਈ ਤਾਂ ਕਹਿ ਸਕੇ ਕਿ ਉਹ ਚੀਜ਼ ਲੈ ਕੇ ਉੱਥੇ ਨੱਠਦਾ ਪਿਆ ਸੀ, ਤਾਂ ਕਰਕੇ ਉਹਨੇ ਜਿਹੜੀ ਗੱਡੀ ਨਠਾਈ ਸੀਗੀ। ਕਿਉਂਕਿ ਹਜੇ ਤੱਕ ਤਾਂ ਇਹੀ ਨਜ਼ਰ ਆ ਰਿਹਾ ਕਿ ਘਬਰਾਹਟ ਦੇ ਕਾਰਨ ਜਿਹੜਾ ਕਿ ਉਹਨੇ ਪੁਲਿਸ ਵਾਲੇ ਨੂੰ ਉਡਾ ਕੇ ਜਿਹੜਾ ਕੀ ਹੈ ਉੱਥੋਂ ਜਿਹੜਾ ਕਿ ਫਰਾਰ ਹੋ ਗਿਆ। ਫਿਲਹਾਲ ਜਿਹੜੀ ਗੱਡੀ ਹੈ ਉਹ ਪੁਲਿਸ ਦੇ ਕਬਜ਼ੇ ਵਿੱਚ ਹੈ ਅਤੇ ਜਿਹੜਾ ਵਿਅਕਤੀ ਸੀ ਜਿਹਨੇ ਕਿ ਪੁਲਿਸ ਵਾਲੇ ਨੂੰ ਉਡਾਇਆ ਹੈ ਉਹ ਹਜੇ ਮੌਕੇ ਤੋਂ ਫਰਾਰ ਹੈ ਅਤੇ ਪੁਲਿਸ ਦਾ ਕਹਿਣਾ ਕਿ ਜਲਦ ਤੋਂ ਜਲਦ ਅਸੀਂ ਉਹਨੂੰ ਵੀ ਗ੍ਰਿਫਤਾਰ ਕਰਾਂਗੇ। ਕੈਮਰਾਮੈਨ ਰਾਜਨ ਦੇ ਨਾਲ ਮੈਂ ਰਾਘਵ ਜੈਨ, ਨਿਊਜ਼ 18 ਜਲੰਧਰ। ਕੱਲ ਸਾਡੇ ਕੰਮ ਵਾਲੇ ਪੱਤਣ 'ਤੇ ਹਾਈਟੈਕ ਨਾਕਾ ਲੱਗਾ ਹੋਇਆ, ਉੱਥੇ ASI ਸੁਰਜੀਤ ਸਿੰਘ ਆਪਣੀ ਟੀਮ ਨਾਲ ਚੈਕਿੰਗ ਕਰ ਰਹੇ ਸੀ ਅਤੇ ਇੱਕ ਉੱਧਰੋਂ ਕਾਰ ਆਈ ਤੇਜ਼ ਰਫ਼ਤਾਰ, ਜਦੋਂ ਨਾਕੇ ਤੋਂ ਉੱਧਰ ਰੁਕਿਆ ਉਹਨੇ ਰੋਕਣ ਦੀ ਬਜਾਏ ਉਹਨਾਂ ਦੇ ਵਿੱਚ ਗੱਡੀ ਮਾਰ ਕੇ ਅਤੇ ਗੱਡੀ ਭਜਾ ਲਈ ਉੱਥੋਂ, ਅਤੇ ਜਿਹੜਾ ਉਹ ਜਿਸ ਕਰਕੇ ASI ਸੁਰਜੀਤ ਸਿੰਘ ਦੇ ਕਾਫ਼ੀ ਜ਼ਿਆਦਾ ਸੱਟਾਂ ਲੱਗੀਆਂ ਅਤੇ ਉਹਦੀਆਂ ਇਹ ਦੋਨਾਂ ਲੱਤਾਂ 'ਤੇ ਫ੍ਰੈਕਚਰ ਆ ਗਏ, ਬਾਂਹ 'ਤੇ ਵੀ ਆ, ਸਪਾਈਨ 'ਤੇ ਵੀ ਉਹਨਾਂ ਦੀ ਸੱਟ ਆ, ਜਿਹਨਾਂ ਨੂੰ ਪਹਿਲਾਂ ਇੱਥੇ ਸ਼ਾਹਕੋਟ ਪ੍ਰਾਈਵੇਟ ਇੱਕ ਹੋਸਪਿਟਲ ਸਦਾਨਾ ਹੋਸਪਿਟਲ ਲਗਾਏ ਸੀ, ਉਸ ਤੋਂ ਬਾਅਦ ਉਹਨਾਂ ਨੂੰ ਰੈਫਰ ਕਰਤਾ ਜਲੰਧਰ। ਜਲੰਧਰ ਤੋਂ ਅੱਜ ਉਹਨਾਂ ਨੂੰ ਉਹਨਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਉਹਨਾਂ ਨੂੰ DMC ਲੁਧਿਆਣਾ ਰੈਫਰ ਕੀਤਾ, ਉਹਨਾਂ ਦਾ ਜਿੱਥੇ ਇਲਾਜ ਚੱਲ ਰਿਹਾ। ਸਰ ਗੱਡੀ ਜਿਹੜਾ ਸਾਡਾ ਉਹਦੀ ਨੰਬਰ ਤੋਂ ਟਰੇਸ ਕਰ ਲਈ ਅਤੇ ਛੇਤੀ ਅਸੀਂ ਉਹਨੂੰ ਉਹਦੇ ਤੱਕ ਡਰਾਈਵਰ ਤੱਕ ਪਹੁੰਚ ਜਾਵਾਂਗੇ। ਠੀਕ ਹੈ ਸਰ। ਸਤਿ ਸ਼੍ਰੀ ਅਕਾਲ, ਮੈਂ ਰਾਘਵ ਜੈਨ ਅਤੇ ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ। ਤੁਹਾਨੂੰ ਦੱਸ ਦੇ ਕਿ ਜਲੰਧਰ ਦੇ ਸਤਲੁਜ ਪੁਲ ਦੇ ਕੋਲ ਇੱਕ ਜਲੰਧਰ ਦਿਹਾਤੀ ਵੱਲੋਂ ਇੱਕ ਹਾਈਟੈਕ ਨਾਕਾ ਲਗਾਇਆ ਜਾਂਦਾ ਜੋ ਕਿ ਪੂਰੇ ਸਾਲ ਲੱਗਦਾ ਹੈਗਾ, ਕਿਉਂਕਿ ਜਿਹੜੀ ਵੀ ਗੱਡੀਆਂ ਜਿਹੜੀ ਮੋਗੇ ਤੋਂ ਜਿਹੜੀ ਜਲੰਧਰ ਨੂੰ ਆਉਂਦੀਆਂ ਵੈ ਉਹ ਗੱਡੀਆਂ ਨੂੰ ਚੈੱਕ ਕਰਕੇ ਜਿਹੜਾ ਕਿ ਅੱਗੇ ਭੇਜਿਆ ਜਾਂਦਾ। ਪਰ ਤੁਹਾਨੂੰ ਦੱਸ ਦੇ ਕਿ 2 ਦਿਨ ਪਹਿਲਾਂ ਇਸੇ ਤਰ੍ਹਾਂ ASI ਸੁਰਜੀਤ ਇੱਕ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕਰਦਾ, ਲੇਕਿਨ ਤੇਜ਼ ਰਫ਼ਤਾਰ ਜਿਹੜੀ ਜ਼ੈਨ ਗੱਡੀ ਹੈ ਉਹ ਸੁਰਜੀਤ ਨੂੰ ਜਿਹੜਾ ਕਿ ਉਡਾ ਕੇ ਹੀ ਜਿਹੜਾ ਕਿ ਨਾਲ ਲੈ ਜਾਂਦੀ ਹੈ। ਜਿਸ ਤੋਂ ਬਾਅਦ ਅਸੀਂ ਤਸਵੀਰਾਂ 'ਚ ਦੇਖਿਆ ਕਿ ਕਿਸ ਤਰ੍ਹਾਂ ਜਿਹੜੀ ਗੱਡੀ ਹੈ ਕਾਫ਼ੀ ਬੁਰੀ ਤਰ੍ਹਾਂ ਜਿਹੜੀ ਕਿ ASI ਸੁਰਜੀਤ ਨੂੰ ਜਿਹੜਾ ਕਿ ਘਾਇਲ ਕਰ ਦਿੰਦੀ ਹੈ। ਜਿਸ ਤੋਂ ਬਾਅਦ ASI ਸੁਰਜੀਤ ਨੂੰ ਸਭ ਤੋਂ ਪਹਿਲਾਂ ਸ਼ਾਹਕੋਟ ਦੇ ਹਸਪਤਾਲ ਵਿੱਚ ਲੈ ਕੇ ਜਾਂਦੇ ਆ ਅਤੇ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਜਲੰਧਰ ਰੈਫਰ ਕੀਤਾ ਜਾਂਦਾ। ਜਦੋਂ ਜਲੰਧਰ ਵੀ ਹਾਲਤ ਨਹੀਂ ਸਹੀ ਹੁੰਦੀ ਅਤੇ ਉਸ ਤੋਂ ਬਾਅਦ ਜਿਹੜਾ ਕਿ ਉਹਨਾਂ ਨੂੰ DMC ਜੋ ਕਿ ਲੁਧਿਆਣੇ ਵਿੱਚ ਹੈ ਉੱਥੇ ਰੱਖਿਆ ਜਾਂਦਾ ਵੈ, ਅਤੇ ਹੁਣ ਅਪਡੇਟ ਮਿਲੀ ਹੈ ਕਿ ਹਜੇ ਉਹਨਾਂ ਜਿਹੜੀ ਹਾਲਤ ਹੈ ਉਹ ਥੋੜ੍ਹੀ ਜਿਹੜੀ ਕਿ ਸਥਿਰ ਹੋ ਚੁੱਕੀ ਹੋਈ ਹੈ। ਇਸ ਤੋਂ ਇਲਾਵਾ ਜਿਹੜੀ ਜ਼ੈਨ ਗੱਡੀ ਸੀਗੀ ਉਹਦੇ ਵਿੱਚੋਂ ਹਜੇ ਤੱਕ ਕੋਈ ਵੀ ਇੱਦਾਂ ਦੀ ਚੀਜ਼ ਨਹੀਂ ਬਰਾਮਦ ਹੋਈ ਤਾਂ ਕਹਿ ਸਕੇ ਕਿ ਉਹ ਚੀਜ਼ ਲੈ ਕੇ ਉੱਥੇ ਨੱਠਦਾ ਪਿਆ ਸੀ, ਤਾਂ ਕਰਕੇ ਉਹਨੇ ਜਿਹੜੀ ਗੱਡੀ ਨਠਾਈ ਸੀਗੀ। ਕਿਉਂਕਿ ਹਜੇ ਤੱਕ ਤਾਂ ਇਹੀ ਨਜ਼ਰ ਆ ਰਿਹਾ ਕਿ ਘਬਰਾਹਟ ਦੇ ਕਾਰਨ ਜਿਹੜਾ ਕਿ ਉਹਨੇ ਪੁਲਿਸ ਵਾਲੇ ਨੂੰ ਉਡਾ ਕੇ ਜਿਹੜਾ ਕੀ ਹੈ ਉੱਥੋਂ ਜਿਹੜਾ ਕਿ ਫਰਾਰ ਹੋ ਗਿਆ। ਫਿਲਹਾਲ ਜਿਹੜੀ ਗੱਡੀ ਹੈ ਉਹ ਪੁਲਿਸ ਦੇ ਕਬਜ਼ੇ ਵਿੱਚ ਹੈ ਅਤੇ ਜਿਹੜਾ ਵਿਅਕਤੀ ਸੀ
ਜਿਹਨੇ ਕਿ ਪੁਲਿਸ ਵਾਲੇ ਨੂੰ ਉਡਾਇਆ ਹੈ ਉਹ ਹਜੇ ਮੌਕੇ ਤੋਂ ਫਰਾਰ ਹੈ ਤੇ ਪੁਲਿਸ ਦਾ ਕਹਿਣਾ ਕਿ ਜਲਦ ਤੋਂ ਜਲਦ ਅਸੀਂ ਉਹਨੂੰ ਵੀ ਗ੍ਰਿਫਤਾਰ ਕਰਾਂਗੇ। ਕੈਮਰਾਮੈਨ ਰਾਜਨ ਦੇ ਨਾਲ ਮੈਂ ਰਾਘਵ ਜੈਨ, ਨਿਊਜ਼ 18 ਜਲੰਧਰ। ਤੇ ਕੱਲ ਸਾਡੇ ਕਾਮ ਵਾਲੇ ਪੱਤਣ ਤੇ ਹਾਈਟੈਕ ਨਾਕਾ ਲੱਗਾ ਹੋਇਆ, ਉੱਥੇ ਏਐਸਆਈ ਸੁਰਜੀਤ ਸਿੰਘ ਆਪਣੀ ਟੀਮ ਨਾਲ ਚੈਕਿੰਗ ਕਰ ਰਹੇ ਸੀ ਤੇ ਇੱਕ ਉਧਰੋਂ ਕਾਰ ਆਈ ਤੇਜ਼ ਰਫ਼ਤਾਰ, ਜਦੋਂ ਨਾਕੇ ਤੋਂ ਉਦੋਂ ਰੁਕਿਆ, ਰੋਕਣ ਦੀ ਬਜਾਏ ਉਹਨਾਂ ਦੇ ਵਿੱਚ ਗੱਡੀ ਮਾਰ ਕੇ ਅਤੇ ਗੱਡੀ ਭਜਾ ਲਈ ਉੱਥੋਂ, ਅਤੇ ਜਿਹੜਾ ਉਸ ਜਿਸ ਕਰਕੇ ਏਐਸਆਈ ਸੁਰਜੀਤ ਸਿੰਘ ਦੇ ਕਾਫ਼ੀ ਜ਼ਿਆਦਾ ਸੱਟਾਂ ਲੱਗੀਆਂ ਅਤੇ ਉਹਦੀਆਂ ਇਹ ਦੋਨਾਂ ਲੱਤਾਂ 'ਤੇ ਫ੍ਰੈਕਚਰ ਆ ਗਏ, ਬਾਂਹ 'ਤੇ ਵੀ ਆ, ਸਪਾਈਨ 'ਤੇ ਵੀ ਉਹਨਾਂ ਦੀ ਸੱਟ ਆ, ਜਿਹਨਾਂ ਨੂੰ ਪਹਿਲਾਂ ਇੱਥੇ ਸ਼ਾਹਪੁਰ ਪ੍ਰਾਈਵੇਟ ਇੱਕ ਹੋਸਪਿਟਲ ਸਦਾਨਾ ਹੋਸਪਿਟਲ ਲਗਾਏ ਸੀ, ਉਸ ਤੋਂ ਬਾਅਦ ਉਹਨਾਂ ਨੂੰ ਰੈਫਰ ਕਰਤਾ ਜਲੰਧਰ। ਜਲੰਧਰ ਤੋਂ ਅੱਜ ਉਹਨਾਂ ਨੂੰ ਉਹਨਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਉਹਨਾਂ ਨੂੰ DMC ਲੁਧਿਆਣਾ ਰੈਫਰ ਕੀਤਾ, ਉਹਨਾਂ ਦਾ ਜਿੱਥੇ ਇਲਾਜ ਚੱਲ ਰਿਹਾ। ਸਰ ਗੱਡੀ ਜਿਹੜਾ ਸਾਡਾ ਉਹਦੀ ਨੰਬਰ ਤੋਂ ਟਰੇਸ ਕਰ ਲਈ ਅਤੇ ਛੇਤੀ ਅਸੀਂ ਉਹਨੂੰ ਉਹ ਤੱਕ ਡਰਾਈਵਰ ਤੱਕ ਪਹੁੰਚ ਜਾਵਾਂਗੇ। ਠੀਕ ਹੈ ਸਰ।